ਆ ਮਰੀਮ ਨਵਾਜ਼ ਸਾਹਿਬਾ ਨੇ ਪ੍ਰਾਇਮਰੀ ਕਲਾਸ ਦੇ ਬੱਚਿਆਂ ਵਾਸਤੇ ਦੁੱਧ ਪਾਸ ਕੀਤਾ ਹੈ ਕਿ ਇਹਨਾਂ ਨੂੰ ਸਕੂਲੇ ਦੁੱਧ ਪਿਆਇਆ ਜਾਏ, ਨਾਲ ਮਾਸਟਰਾਂ ਨੂੰ ਵੀ ਲੱਭ ਗਿਆ। ਉਹ ਬੋਲੋ ਯਾਰ, ਨਾਲ ਸਕੂਲ ਦੇ ਚੌਕੀਦਾਰਾਂ ਨੂੰ, ਸਾਰਿਆਂ ਨੂੰ। ਹਾਂਜੀ, ਤੇ ਮੈਂ ਵਜ਼ੀਰ ਆਲਾ ਪੰਜਾਬ ਸਾਹਿਬ ਅੱਗੇ ਕਹਾਂਗਾ ਕਿ ਤੁਸੀਂ ਸਕੂਲੇ 'ਚ ਵੀ ਇੰਨੀ ਤਕਲੀਫ ਕੀਤੀ, ਇੱਕ ਇੱਕ ਡੱਬਾ ਘੱਲਿਆ, ਤੇ ਜੇ ਤੁਸੀਂ ਇਹਨਾਂ ਦੇ ਅੱਬੇ ਦੀ ਤਨਖਾਹ 'ਚ 1000 ਵੱਧ ਪਾ ਦਿਓ ਤੇ ਦੁੱਧ 1 ਕਿਲੋ ਘਰ ਪਹੁੰਚ ਜਾਣਾ। 1000 ਰੁਪਈਆ ਤਨਖਾਹ 'ਚ ਵਧਾ ਦਿੰਦੇ ਨਾ, ਉਹ ਡੱਬਾ 1000 ਤੋਂ ਵੀ ਮਹਿੰਗਾ ਪੈਣਾ, ਕਿਉਂਕਿ ਜਦੋਂ ਹਕੂਮਤ ਦਾ ਕੰਮ ਹੁੰਦਾ ਪ੍ਰੋਜੈਕਟ ਜਿਹੜਾ ਨਾ ਡਬਲ ਤੋਂ ਟ੍ਰਿਪਲ ਹੋ ਜਾਂਦਾ, ਕਿਉਂ ਉਹਦੇ 'ਚ ਕਈ ਯਤੀਮਾਂ ਖਾਣਾ ਹੁੰਦਾ, ਕਈ ਮਸਕੀਨਾਂ ਖਾਣਾ ਹੁੰਦਾ। ਅਰੇ ਖਾਣ ਵਾਲੇ ਯਤੀਮ ਮਸਕੀਨ ਹੀ ਨੇ, ਜਿਹੜਾ ਨਾ ਬੋਲੇ ਉਹ ਵੀ ਨਿੱਕਾ ਜਿਹਾ ਵੀ ਆਉਂਦਾ ਇੰਜੀ। ਉੱਧਰ ਤੈਨੂੰ ਸਕੂਲੇ ਲੱਭਾ ਨਹੀਂ, ਤੇਰੀ ਉਮਰ ਲੰਘ ਗਈ ਹੈ, ਆਂਦਾ ਹਜੇ ਨਹੀਂ ਪਹੁੰਚਿਆ। ਅੱਲਾ ਜਾਣਦਾ ਜਿੰਨੇ ਬੈਠੇ, ਜੇ ਮੈਂ ਹਕੂਮਤ ਨੂੰ ਕਹਾਂਗਾ ਮਨਸੂਬੇ ਇੰਜ ਦੇ ਬਣਾਓ ਜਿਹਦੇ ਨਾਲ ਸਾਰੀ ਆਵਾਮ ਨੂੰ ਫਾਇਦਾ ਹੋਵੇ, ਅੱਲਾ ਦੀ ਕਸਮੇ ਮੈਂ ਮਨਸੂਬੇ ਵੇਂਦਾ ਪਿਆ ਵੀ 500 ਯੂਨਿਟ ਤੱਕ ਆ ਮਿਲੇਗਾ, ਫਲਾਣੇ ਤੱਕ ਆ ਮਿਲੇਗਾ। ਮੈਂ ਕਿਹਾ ਅੱਲਾ ਅਸੀਂ ਹਿਜਰਤ ਹੀ ਕਰ ਜਾਂਦੇ ਹਾਂ, ਜਦੋਂ ਦੇ ਮੌਲਵੀ ਤੁਰੇ ਨੇ ਕੁਰਾਨ ਦਾਜ਼ੀ ਤੇ ਜੀ ਦੁਨੀਆ ਤੁਰੀ ਆ ਰਹੀ ਹੈ, ਇਹਨੂੰ ਆ ਮਿਲੇਗਾ, ਇਹਨੂੰ ਆ ਮਿਲੇਗਾ। ਯਾ ਅੱਲਾ ਸਾਨੂੰ ਹੁਕਮਰਾਨ ਉਹ ਦੇ ਜਿਹੜਾ ਸਾਰੀ ਆਵਾਮ ਨੂੰ ਇੱਕ ਜੈਸਾ ਰੱਖੇ। ਅੱਲਾ ਸਾਡੇ ਮੁਲਕ ਦਾ ਸਿਹਤ ਦਾ ਨਿਜ਼ਾਮ ਠੀਕ ਕਰ ਦੇ, ਅੱਲਾ ਸਾਡੇ ਮੁਲਕ ਦੀ ਤਲੀਮੀ ਨਿਜ਼ਾਮ ਠੀਕ ਕਰ ਦੇ। ਆ ਮੈਂ ਤੈਨੂੰ ਦੱਸਾਂ, ਤੇਰਾ ਲਫ਼ਜ਼ ਸੁਣਨ ਵਾਲਾ ਹੈ, ਮਦੀਨੇ ਦੀ ਰਿਆਸਤ ਦੀ ਗੱਲ ਸਮਝਾਉਣਾ ਹੈ। ਇੱਧਰ ਅੱਲਾ ਜਾਣਦਾ ਗੰਦਾ ਪਾਣੀ, ਤੇ ਇੱਧਰ ਦੁਨੀਆ ਹੌਸਲੇ ਨਾਲ ਬੈਠੀਏ। ਮੇਰਾ ਉਂਝ ਇਹ ਮਿਸ਼ਨ ਹੈ, ਮੈਂ ਜੁਮਲਾ ਕਹਿਣ ਲੱਗਾ ਹਜ਼ਰਾਤ, ਇੱਕ ਜ਼ਰੂਰੀ ਐਲਾਨ ਸੁਣੇ, ਜਿਸ ਨੇ ਪਾਕਿਸਤਾਨ ਕਾ ਸਬਸੇ ਅਜ਼ੀਮ ਹਲਕਾ ਦੇਖਣਾ ਹੋ, ਵੋ ਖੁੜੀਆਂ ਕੀ ਗੱਲਾਂ ਮੰਡੀ ਕੀ ਸੜਕ ਆ ਕੇ ਦੇਖੇ। ਸਬਸੇ ਅਜ਼ੀਮ, ਮੈਂ ਤਾਂ ਐਲਾਨ ਕਰਤਾ, ਹੁਣ ਜਿਹਨੇ ਵੇਖਣਾ ਵੇਖੀ ਜਾਏ। ਅੱਛਾ ਵੀ ਕਿਤਨੇ ਬੰਦੇ ਵਾਅਦਾ ਕਰਦੇ ਕਿ ਜਦੋਂ ਲਾਮਾ ਇਬਤਸਾਮ ਸਾਹਿਬ ਦੀ ਤਕਰੀਰ ਸੁਣਨੀ, ਯਾਰ ਇਹਨੂੰ ਚੁੱਪ ਕਰਾਓ 2 ਮਿੰਟ ਜ਼ਰਾ। ਅੱਛਾ ਬਈ, ਇੰਨਾ ਮਜਮਾ ਬੈਠਾ ਹੈ, ਲਾਮਾ ਸਾਹਿਬ ਜਦੋਂ ਆਉਣ ਨਾ, ਤੇ ਝੂਠਾ ਵਾਅਦਾ ਨਾ ਕਰਿਆ ਕਰੋ ਕਿ ਲਾਮਾ ਸਾਹਿਬ ਕਦਮ ਬੜਾਓ, ਹਮ ਤੁਹਾਰੇ ਸਾਥ। ਉਹਨਾਂ ਉਮਰ ਲਾ ਦਿੱਤੀ ਇਸ ਹਲਕੇ 'ਚ, ਔਰ ਪਾਕਿਸਤਾਨ 'ਚ ਇਤਨਾ ਬੜਾ ਆਲਮ ਮੈਂ ਨਹੀਂ ਦੇਖਿਆ ਕਿ ਜਿਹਦੇ ਕੋਲ ਕਿੰਨੀਆਂ ਸੰਦਾਂ ਨੇ, ਤੇ ਹਰ ਮੌਕਫ ਤੇ ਉਹਨਾਂ ਦੇ ਮੌਕਫ 'ਚ ਕਦੀ ਲਚਕ ਨਹੀਂ ਆਈ, ਤੇ ਵਜ਼ਾਹਤ ਵੀ ਨਹੀਂ ਆਈ ਕਿ ਮੈਂ ਗੱਲ ਕਹੀ ਸੀ ਤੇ ਗਲਤ ਹੈ। ਨਹੀਂ, ਉਹ ਗੱਲ ਹੀ ਸੋਚ ਕੇ ਕਰਦਾ। ਅੱਜ ਤੱਕ ਵਹਾਓ ਜਿਹੜਾ ਮੌਕਾ ਬਿਆਨ ਕਰਦੇ ਨੇ ਉਹਦੇ ਤੋਂ ਟੱਟ ਜਾਂਦੇ। ਉਨਕੇ ਬਾਪ ਕੀ ਵੀ ਇਹੀ ਸੀਰਤ ਹੈ। ਔਰ ਮੈਨੇ ਅਗਲੇ ਦਿਨ ਕਹਾ ਥਾ ਯੇ ਲਾਮਾ ਇਬਤਸਾਮ ਸਾਹਿਬ ਕੇ ਬਾਰੇ ਕਿ ਯੇ ਦੁਨੀਆ ਮੇਂ ਵੋ ਸ਼ਖਸੀਅਤ ਹੈ ਕਿ ਜਿਨ੍ਹੋਂ ਨੇ ਆਪਣੇ ਬਾਪ ਸੇ ਸਿੱਖਾ ਹੈ ਕਿ ਆਪਣਾ ਕਮਾ ਕੇ ਮੁਹੰਮਦ ਅਰਬੀ ਦੇ ਦੀਨ ਤੇ ਲਾਉਣਾ। ਔਰ ਅੱਜ ਤੱਕ ਉਹ ਲਾ ਰਹੇ ਨੇ, ਤੇ ਤੁਹਾਨੂੰ ਵੀ ਮੈਂ ਅਪੀਲ ਕਰਨਾ ਹੈ, ਕੰਮ ਦਾ ਕੰਮ ਮਜ਼ਹਬ ਨਾਲ ਤੇ ਮੁਖਲਸ ਹੋ ਜਾਓ। ਕੁਰਸੀਆਂ ਤੇ ਬਹਿ ਕੇ ਆਉਂਦੇ ਬੱਲੇ ਬੱਲੇ ਬੱਲੇ, ਅੱਜ ਲਾਮਾ ਸਾਹਿਬ ਨੇ ਤਕਰੀਰ ਕੀਤੀ ਹੈ, ਪੂਰਾ ਇਲਾਕਾ ਹਿਲਾਤਾ ਹੈ, ਤੇ ਤੁਸੀਂ ਸੰਦੂਕੜੀ ਹਿਲਾਈ ਕਦੀ ਵੀ? ਤੁਸੀਂ ਵੀ ਹਿਲਾ ਲਓ ਕਦੀ, ਇੱਕ ਵਾਰ ਤੇ ਮੌਕਾ ਦਵੋ ਤੇ ਤੁਹਾਨੂੰ ਪਤਾ ਲੱਗੇ ਕਿ ਮਜ਼ਹਬ ਵਾਲੇ ਕੀ ਕਰਦੇ। ਉਹ ਇੱਕ ਮੁਸ਼ਤਾਕ ਗਣੀ ਹੈ ਤੇ ਉਹਨੇ ਪੂਰਾ ਇਸਲਾਮਾਬਾਦ ਅੱਗੇ ਲਾਇਆ, ਲਾਇਆ ਕਿ ਨਹੀਂ ਲਾਇਆ ਉੱਥੇ, ਤੇ ਉਹਨੇ ਸਾਰਾ ਇਲਾਕਾ ਅੱਗੇ ਕੀਤਾ।
ये जलसा मैं दुआ करूंगा कि खुडियां की तकदीर बदले अर्श वाला आसमाने दुनिया ते अल्लाह ताडा गंदा पानी मका दे। अच्छा वेखो ये पहली कौम जिहड़ी अपने लिए अल्लाह जेडे अपने लिए नहीं ना बोले मैं बदवा देना सारी जिंदगी अपनी बुढ़ी अगे भी ना बोले। ਵੇਖੋ ਯਾਰ ਅੱਲਾ ਦੁਬਾਰਾ ਮੈਂ ਕਹਿਣ ਲੱਗਾ ਯਾ ਅੱਲਾ ਜਿਹੜਾ ਮੰਡੀ ਚ ਪਾਣੀ ਗੰਦਾ ਖੜਾ ਹੈ ਇਹਦੀ ਸਫਾਈ ਨਹੀਂ ਤੇ ਹਾਲਾਂਕਿ ਮਰੀਮ ਨਵਾਜ਼ ਸਾਹਿਬਾ ਨੇ ਕਿਹਾ ਸਾਫ਼ ਸੁਥਰਾ ਪੰਜਾਬ ਤੇ ਮੈਂ ਉਹਦੇ ਅੱਗੇ ਵੀ ਅਪੀਲ ਕਰਨਾ ਇੱਕ ਵਿਜ਼ਿਟ ਇੱਥੇ ਵੀ ਕਰ ਲਓ ਜੇ ਖੁੱਡੀਆਂ ਸਾਫ਼ ਹੈ ਤੇ ਪੂਰਾ ਪਾਕਿਸਤਾਨ ਹੀ ਸਾਫ਼ ਸੱਚੀ ਗੱਲ ਇੱਕ ਇੱਥੋਂ ਵਿਜ਼ਿਟ ਕਰ ਲਓ ਇੱਕ ਵੀਡੀਓ ਬਣਾਓ ਤੇ ਚਾੜੋ ਨੈਟ ਤੇ ਇਹ ਤੁਹਾਡੇ ਜ਼ਰੀਏ ਚੜੀਏ ਮੇਰੇ ਜ਼ਰੀਏ ਚਾੜੋ ਬਨਾਵਟ ਕੇ ਅਸੂਲੋ ਸੇ ਖੁਸ਼ਬੂ ਆ ਨਹੀਂ ਸਕਤੀ ਕਭੀ ਕਾਗਜ਼ ਕੇ ਫੂਲੋ ਸੇ ਤਾਇਆ ਆਂਦਾ ਜਲਸਾ ਤੋਂ ਨਾ ਬੜਾ ਕੀਤਾ ਹੀ ਤੇ ਜਲਸਾ ਹੀ ਕੀਤਾ ਅਸੀਂ ਮੌਲਵੀ ਨੀ ਜਲਸਾ ਕਰਨ ਦਾ ਆ ਉਹਨਾਂ ਨਾਲੋਂ ਬਹੁਤੇ ਬੰਦੇ ਨਾਰੇ ਵਾਲੇ ਨੇ ਅਸੀਂ ਕਿਸੇ ਨੂੰ ਗੱਡੀ ਦੇ ਪੈਸੇ ਦੇ ਕੇ ਨੀ ਮੰਗਾਇਆ ਇਹ ਮੁਫਤੀ ਆਏ ਬੈਠੇ ਓਏ ਬੋਲੋ ਅੱਲਾ ਵਾਸਤੇ ਆਏ ਉਹਦੇ ਨਬੀ ਵਾਸਤੇ ਤੇ ਅਸੀਂ ਭਾਈ ਕਿਸੇ ਦੀ ਮੁਖਾਲਫਤ ਨਹੀਂ ਕਰਦੇ ਸਿਰਫ ਖੁੱਡੀਆਂ ਦਾ ਸੋਚ ਲਓ ਤੁਹਾਡੀ ਖੁੱਡੀਆਂ ਸਿੱਧੀ ਹੋ ਜੂ ਤੇ ਕੰਮ ਸਿੱਧਾ ਹੋ ਜਾਊ। ਅੱਛਾ ਵੀ ਕਿੰਨੇ ਬੰਦੇ ਹੱਥ ਖੜਾ ਕਰਕੇ ਆਮੀਨ ਕਹਿਣਗੇ ਤੁਹਾਡੀ ਖੁੱਡੀਆਂ ਲਈ ਮੈਂ ਦੁਆ ਕਰਨ ਲੱਗਾ ਯਾ ਅੱਲਾ ਇਸ ਜਲਸੇ ਦੀ ਬਰਕਤ ਨਾਲ ਆੜਤੀਆਂ ਦੇ ਅੱਗੇ ਜਿਹੜਾ ਪਾਣੀ ਖੜਾ ਹੈ ਅੱਲਾ ਸੋਹਣਿਆ ਇਸ ਖੁੱਡੀਆਂ ਦੇ ਰੋਡ ਨੂੰ ਪੈਰਿਸ ਬਣਾ ਦੇ। ਵੇਖ ਲਓ ਅਜੇ ਢਿੱਲੇ ਪੈ ਮੈਨੂੰ ਲੱਗਦਾ ਵੀ ਇਹਦੇ ਵਿੱਚ ਖੁੱਡੀਆਂ ਵਾਲੇ ਘੱਟ ਬੈਠੇ। ਵਾਹ ਬਾਈ ਵਾਹ।